بسم اللہ الرحمن الرحیم السلام علیکم کیا حال ہے میرے بہن بھائیوں الحمدللہ اسی ٹھیک ہیں میں دیکھو اس طریقے سے اسی جڑا اچکے ہیں صبح صبح نال کیونکہ اج صبح صبح دا ٹائم ہے کیونکہ اگے کچھ بننا چھانگو یا کچھ جس رہے ہیں چھانگ اج جڑا اسی کافی زیادہ بننے چھانگڑے کیونکہ جڑا ایتھے جلدی جلدی اسی بیجائی کرنی اور کھالا بھی چھانگڑے بننے بھی چھانگڑے نال پہلے چا لینی ہے لکڑی جڑیاں اسی جن تر دیاں بڑیاں اے رکھنی پمدین سانو ٹالی دے تے 22 سلیم کھلویا ਆਸਲਾਮ ਅਲੈਕੁਮ ਜੀ ਕੈਲ ਮੇਰੇ ਭੈਣ ਭਾਈਓ ਜੀ ਮੈਂ ਵੀ ਠੀਕ ਹਾਂ ਮੇਰੇ ਕਰੇ ਨਾ ਕਿ ਤੁਸੀਂ ਠੀਕ ਹੋ ਸਦੀ ਮੈਂ ਛਾਂਗ ਬੰਨਾ ਬੰਨਾ ਚੰਗੀ ਤਰ੍ਹਾਂ ਛਾਂਗ ਹੀ ਆ ਹਾਂਜੀ ਤੇ ਨਾਲ ਜੈਣਾ ਬਾਈ ਸਲੇਮ ਵੀ ਬੰਨਾ ਛਾਂਗ ਰਿਹਾ ਤਾਂ ਨਾਲ-ਨਾਲ ਕੋਈ ਮੈਂ ਵੀ ਛਾਂਗ ਲੈਣੀ ਤੇ ਹੁਣ ਕਰੰਦੇ ਪੈ ਸ਼ੁਰੂ ਬੰਨਣ ਨੂੰ ਬਿਸਮਿਲਲਾ ਬੰਨ ਕਰਦੇ ਬਾਕੀ ਮੇਰੇ ਵਰ ਜਿਹੜਾ ਕੁਝ ਬੰਨਣਾ ਛੰਗੀ ਗਏ ਤੇ ਕੁਝ ਗਿਆ ਰਾਹ ਤੇ ਇਹ ਜਿਹੜੀਆਂ ਲੱਕੜੀਆਂ ਨੇ ਮੈਂ ਚਾਕ ਰੱਖ ਦਿੱਤੀਆਂ ਇੱਥੇ ਇਹ ਸਵੇਰਾ ਇਕੱਠੀਆਂ ਕਰਕੇ ਹਿੱਕਿਆਰੀ ਭਾਇਸ ਲੈਣ ਤੇ ਮੈਂ ਚਾਹ ਕੁ ਉਦੇ ਲਾ ਜਸਾਂ ਸੀ ਕਿ ਪਹਿਲੇ ਬੰਨਣਾ ਛਾਂਗ ਲਈਏ ਤੇ ਬਾਕੀ ਜਿਹੜਾ ਅੱਜ ਅੰਮੀ ਆਈ ਕੋਈ ਨਹੀਂ ਕਿਉਂਕਿ ਨਾਸ਼ਤਾ ਜਿਹੜਾ ਸੀ ਸਬਨਲ ਚਾਹ ਬਿਸਕਟ ਕਰਕੇ ਆਇਆ ਸੀ ਅੰਮੀ ਆਖੇ ਬਈ ਨਾਸ਼ਤਾ ਬਣਾ ਕੇ ਆ ਜਾਸਣ ਤੇ ਉਦਨੇ ਤਾਂ ਯੰਮੀ ਹੋਰੀ ਆ ਜਾਸਣ ਜੋ ਸੀ ਉਦਨੇ ਤਾਂ ਬੰਨਣਾ ਛਾਂਗ ਕੇ ਜਿਹੜਾ ਉਹ ਪਿਛਲਾ ਡੱਬਾ ਨੇ ਸੁੱਕਾ ਉਹ ਅਸੀਂ ਕਰਦੀ ਸਾਂ ਇਕੱਠਾ ਉਹ ਨੂੰ ਲਾ ਦਸਾਂ ਅੱਗ ਹਜੇ ਸਵੇਰ ਸਵੇਰ ਨਾਲ ਹੈ ਜੀ ਤਰੇਲ ਤੇ ਭਾਈ ਸਲੀਮ ਨਾਲ ਲਵੇ ਆ ਛਾਂਗ ਮੇਰੀ ਏਡੀ ਕਰੇ ਕਈ ਜਿਹੜੀ ਨਾ ਤਰੀਖੀ ਕਾਇਨ ਤੇ ਭਾਈ ਸਲੀਮ ਦੀ ਤਰੀਖੀ ਉਹ ਫਿਰ ਚਲਦੀ-ਜੁਲਦੀ ਰਾ ਜਾਂਦੀ ਨਾ ਇਹ ਥੋੜੀ ਜੀ ਜ਼ੰਗਾਲ ਨਾ ਪੜੀ ਗਈ ਜਿਹੜਾ ਅੱਛੀ ਤਨ ਲੈਨੇ ਛਾਂਗ ਦੱਬੜ ਕਾਫੀ ਜ਼ਿਆਦਾ ਇਸ ਵਜ੍ਹਾ ਤੂੰ ਕਈ ਟੁਰਦੀ ਨਹੀਂ ਪਈ ਤੇ ਭਾਈ ਸਲੀਮ ਜਿਹੜਾ ਅੱਜ ਮਸਰੂਫ ਹੈ ਬੰਨਣਾ ਛਾਂਗਾਂ ਦੇ ਵਿੱਚ ਤੇ ਇਸ ਵਜ੍ਹਾ ਤੂੰ ਜਿਹੜਾ ਨਾ ਉਹ ਜਸਾ ਵਿਚਾਰ ਜਾਂਦਾ ਬੰਨ ਤੇ ਹੂੰ ਬਾਕੀ ਮੇਰੇ ਵੀ ਵਰ ਜਲਣਾ ਮੈਂ ਜਾ ਰਿਹਾ ਸਮੱਡ ਹਾਊਸ ਤੇ ਭਾਈ ਸਲੀਮ ਰੋਆਖਿਆ ਬਜੋਈ ਤੁਸੀਂ ਚਾ ਆਓ ਦੰਦਾਲੀ ਉਹ ਪੰਜੇ ਪੰਜੇ ਹੁੰਦੇ ਨਾ ਫਿਰ ਉਹ ਜਲਣਾ ਅੱਛੇ ਤਰ੍ਹਾਂ ਪਿੱਛੋਂ ਨਾਲੇ ਗੱਟਾ ਵੀ ਨਿਕਲਦਾ ਜਾਂਦਾ ਹੈ ਦੂਸਰੇ ਦੱਬੜੇ ਵਿੱਚ ਤੇ ਔਰ ਨਾਲ-ਨਾਲ ਇਕੱਠਿਆਂ ਕਰਿੰਦੇ ਹਾਂ ਤੇ ਅੱਗ ਵੀ ਲੈਂਦੇ ਹਾਂ ਮੈਂ ਆਖਾ ਚਲੋ ਠੀਕ ਹੈ ਤੁਸੀਂ ਜਿਹੜਾ ਥੋੜਾ ਜਿਹਾ ਹਾਂਦਾ ਨਾ ਬੰਨਾ ਉਹ ਲੋਫ ਛਾਂਗ ਤੇ ਮਾਡ ਹਾਊਸ ਤੇ ਪਈ ਦੰਦਾਲੀ ਤੇ ਮੈਂ ਆਪਣੇ ਵੀਵਰਨ ਮਾਡ ਉਹਦਾ ਹੀ ਜਿਹੜਾ ਵੀਜ਼ਟ ਕਰਾ ਲਈਦਾ ਤੇ ਔਰ ਜਿਹੜਾ ਦੰਦਾਲੀ ਵੀ ਚਾਹ ਮੈਂ ਕਿਉਂਕਿ ਆਨਲਾਈਨ ਅਸੀਂ ਪਹਿਲੇ ਵੀਜ਼ਟ ਕਰ ਲਿਆ ਤੇ ਬੰਨਾ ਅਸੀਂ ਛਾਂਗਣੇ ਅਸੀਂ ਆ ਕੇ ਆਪਣੇ ਵੀਵਰਨ ਤੋਂ ਵੀਡੀਓ ਤੋਂ ਸਟਾਰਟ ਕਰਨੇ ਤੇ ਬਾਕੀ ਮੇਰੇ ਵੀਵਰਨ ਦੱਬੜ ਵੀ ਖਾਦੇ ਮੈਂ ਦੱਬੜ ਕਾਫੀ ਜ਼ਿਆਦਾ ਖੁਸ਼ਕ ਹੋਏ ਪਿਆ ਅੱਗ ਵੀ ਜਲਦੀ ਲੱਗ ਗਈ ਸੀ ਮੇਰੇਰੇ ਇਹ ਤੋਂ ਸਵੇਂਦੇ ਪੈ ਸਾਰਾ ਇਹ ਓਲੀ ਓਰ ਦੱਬੜ ਪਿਆ ਇਹ ਸਾਰਾ ਵੀ ਅਸੀਂ ਇਕੱਠਾ ਕਰਕੇ آگ لا دے تو باقی میرے ویڈی میں سا کافی زیادہ چال چکا ہے پتھے جلنا کوئی بڑی چکن کوئی گین رہے انشاءاللہ ہی بھی بڑی جا سنی ناندی بھی جلنا وہائی کار کے بننے چھانگ کے تو چلو ناندی اتھے کاشا گاڑی دی سان تو چل دے پہنے گا مادہ اس دے پھر جلنا اتھے دل بھی زٹ کریں دے پہنے ਜੀ ਮੇਰੇ ਵੀਰ ਜਿਹੜਾ ਮਾਡ ਹਾਊਸ ਕੁਲ ਮੈਂ ਪਹੁੰਚ ਚੁੱਕਾ ਤੇ ਇਹ ਜਿਹੜਾ ਸਾਹਮਣੇ ਤੁਸੀਂ ਮਾਡ ਹਾਊਸ ਦਾ ਦੂਰੋਂ ਵਿਜ਼ਿਟ ਚੈੱਕ ਕਰੋ ਮਾਸ਼ੱਲਾ ਬੜਾ ਪਿਆਰਾ ਲੱਗ ਰਿਹਾ ਹੈ ਕਿਉਂਕਿ ਸੂਰਜ ਵੀ ਦੋ ਜਣਾ ਕਾਫੀ ਸੂਰਜ ਦੀ ਚਮਕ ਲੱਗ ਰਹੀ ਹੈ ਔਰ ਥੋੜੀ ਥੋੜੀ ਹਵਾ ਵੀ ਕੁਲੀ ਹੋਈ ਹੈ ਜੰਡਾ ਜਿਹੜਾ ਵਹਿ ਰਹਾ ਹੈ ਤੇ ਲਹਿਰਾ ਹੈ ਬਾਕੀ ਜਿਹੜਾ ਇੰਗਲਿਸ਼ ਸਾਟ ਤੇ ਛੜਾ ਪੀਟਰ ਹੈ ਨਾਲ ਜਿਹੜਾ ਪਈ ਦੰਦਾਲੀ ਦੰਦਾਲੀ ਜਿਹੜਾ ਸਿਰਖੇ ਬਾਹਰ ਕਿਹ ਕਿਹੜਾ ਪੀਟਰ ਦਾ ਵਾਪਸੀ ਦਾ ਪਾਣੀ ਹੁੰਦਾ ਨਾ ਉਹ ਫਿਰ ਜਿਹੜਾ ਆਮਦਾ ਖਾੜ ਦੇ ਵਿੱਚ ਇਹ ਕੁਝ ਥੋੜੀ ਇਹ ਚੋਂਖ ਲਈ ਕੁਝ ਇਹ ਕਿਉਂਕਿ ਇਹ ਜਿਹੜਾ ਥੋੜੇ ਦਿਨ ਤਾਂ ਹੀ ਵੜੀ ਜਾਸੀ ਇਹ ਪਈਏ ਜੀ ਦੰਦਾਲੀ ਜਿਹੜੀ ਅਸੀਂ ਚਾਵਣੀ ਤੇ ਇਹਨੂੰ ਲੈਨੇ ਅੱਛੀ ਤਰ੍ਹਾਂ ਚਾਹ ਫਿਰ ਜਿਹੜਾ ਕਰੇ ਤਾਂ ਪਿਆ ਅੱਗਾਲਾ ਕੰਮ ਸ਼ੁਰੂ ਤੇ ਪਹਿਲੇ ਤੁਹਾਨੂੰ ਮੇਰੇ ਵੀਰ ਮੈਂ ਇੱਟਾਂ ਨਾ ਵੀ ਖਾ ਲਵਾ ਕਿਉਂਕਿ ਕੱਲ ਇਸੇ ਇੱਟਾਂ ਕੜੀਆਂ ਕਿੰਨੀਆਂ 150 ਇੱਟ ਕੜੀਆਂਈ ਸਵੇਰ ਸਵੇਰ ਨਾਲ ਆ ਕੇ ਨਾ ਤੇ ਇਹ ਤਾਂ ਕੁਝ ਪਹਿਲੇ ਦੇ ਨਿਕਲੀਆਂ ਫਿਰ ਜਿਹੜੀ ਵਿੱਚੋਂ ਤੁਹਾਨੂੰ ਮਾਲੂਮ ਹੋ ਰਹੀ ਇੱਕ ਗਿਲੀਆਂ ਕੁਝ ਖੁਸ਼ ਕੇ ਤੇ ਕੁਝ ਗਿਲੀਆਂ ਉਹ ਜਿਹੜਾ ਖੜੀਆਂ ਬਾਤੀਆਂ ਉਹ ਅਸੀਂ ਕੜੀਆਂ ਕੁਝ ਇਦੇ ਕੜੀਆਂ ਨੇ ਜਿਹੜਾ ਪੰਜ ਛੇ ਜਿਹੜੀਆਂ ਲੈਣਨ ਇਹ ਵੀ ਕੜੀਆਂ ਤੇ ਔਰ ਜਿਹੜਾ ਅੱਜ ਟਾਈਮ ਹੋਇਆ ਤਾਂ ਹੋਰ ਵੀ ਕੜਸਾਂ ਔਰ ਆਪਣੇ ਵੀਰਾਂ ਨੂੰ ਸ਼ੇਅਰ ਕਰਸਾਂ ਜਿਹੜੀ ਇੱਥੋਂ ਵਾਲਾ ਇਟਾਂ ਦਾ ਡੜਾਈ ਨਾ ਉਹ ਗਿਆ ਲੱਗ ਕਿਉਂਕਿ ਉੱਤੋਂ ਜਿਹੜਾ ਬਣਾਉਣਿਆ ਡਿਜ਼ਾਈਨ ਕਿਉਂਕਿ ਅਮੀ ਅੱਜ ਕਰਨਾ ਇਹਦਾ ਕੰਮ ਉਹ ਡਿਜ਼ਾਈਨ ਜਿਹੜੇ ਨਾ ਉਤੋਂ ਇਹ ਲਿਪਾਈ ਕਰਦੇ ਹੋਣੇ ਜਿਹੜੇ ਅੱਗੂ ਦੇਸਰਨ ਔਰ ਤੁਨ ਮਾਲੂਮ ਹੋ ਉਸਨ ਬਾਕੀ ਦੀ ਸਾਈਡ ਤੇ ਜਿਹੜਾ ਖੜੀ ਗਈ ਹੈ ਸ਼ੌਕ ਤਿਆਰ ਬੜੀ ਖੁਸ਼ਕ ਬੜੀ ਪਿਆਰੀ ਲੱਗ ਰਹੀ ਹੈ ਖੂਬ ਸੂਰਾ ਲੱਗਦੀ ਪਈ ਇਹਨੇ ਪਹਿਲੇ ਕਾ ਦਸੇ ਪਾਈ ਕੀਤੀ ਕਰਨਾ ਇਹ ਵੀ ਅਜਮੇ ਨਿਪਾਈ ਕਰਨੀ ਜਿਹੜੇ ਦੇ ਛੋਟੇ ਮੋਟੇ ਕੰਮ ਨੇ ਹੋਲੀ ਪਾਈ ਹੋ ਜਾਂਸਣ ਤੇ ਬਾਕੀ ਜਿਹੜਾ ਅੱਧਾ ਕੰਮ ਤਾਂ ਹੋ ਗਿਆ ਸੀ ਖਤਮ ਬਾਕੀ ਰਹਿ ਗਿਆ ਸੀ ਵੇੜ ਦਾ ਵੇੜ ਦੀ ਕਰਦੇ ਸਾਂ ਬਰਾਈ ਇਸ ਲਈ ਸਾਹਤ ਜਿਹੜਾ ਖਲਾਏ ਪਿਆ ਗਾਰੇ ਗਾਰੇ ਦੇ ਵਿੱਚ ਪਾਣੀ ਪਾਣੀ ਜਸਟ ਮੰਮੀ ਹੋਰੀ ਆਗਰ ਸਟੇ ਪਾਣੀ ਪਾ ਦੇ ਸਾਂ ਕਿਉਂਕਿ ਗਾਰਾ ਜਸੀ ਉਗਲ ਤੇ ਫਿਰ ਚਿੰਦ ਪੈਂ ਦੰਦਾਲੀ ਤੇ ਫਿਰ ਚਲਦੇ ਪੈਂ ਬਾਈ ਸਲੀਮ ਹੋਰ ਕੁਲ ਤੇ ਬਾਈ ਸਲੀਮ ਮੈਨ ਲੱਗਦਾ ਕਿ ਬੰਨਾ ਛਾਂਗੀ ਖਲੇ ਉਸਤੇ ਤੇ ਬਾਕੀ ਮੇਰੇ ਵਾਰ ਜਿਹੜਾ ਮੈਂ ਦੰਦਾਲੀ ਲਾਇਕ ਪਹੁੰਚ ਚੁੱਕਾ ਜੀ ਸਲੀਮ ਹੋਰ ਕੁਲ ਸਲੀਮ ਹੋਰ ਸਾਗ ਰੈਨ ਬੰਨੇ ਬੰਨਾ ਹਾਲਤ ਜਿਹੜਾ ਥੋੜਾ ਜਿਆ ਰਹਿ ਗਿਆ ਛਾਂਗਣ ਵਾਲਾ ਤੇ ਮੈਂ ਖਜੜੋ ਇਹ ਵਾਲਾ ਜਿਹੜਾ ਗਿੱਲਾ ਹੈ ਨਾ ਇਹਨੂੰ ਜਿਹੜਾ ਵਿੱਚ ਕੱਢੀ ਅਮਨੇ ਦੀ ਜਿਹੜਾ ਮਿੱਟੀ ਛੰਡੀ ਅਮਨੇ ਚੰਗੀ ਤਰ੍ਹਾਂ ਤੇ ਚਲੋ ਇਹ ਉਤਨੇ ਸੇ ਖੁਸ਼ ਹੋ ਗਿਆ ਸੀ ਫਿਰ ਜਿਹੜਾ ਆਗਲਾ ਆਈਸਾਂ ਤੇ ਇਹ ਦੰਦਾਲੀ ਨਾਲ ਜਿਹੜਾ ਸਹੀ ਇਕੱਠ ਹੁੰਦਾ ਤੇ ਫਿਰ ਜੇ ਹੱਥ ਨਾਲ ਕਰੀ ਤਾਂ ਫੇਟੂ ਵੇਟੂ ਬਈ ਕੋਈ ਚੀਜ਼ ਕੀੜਾ ਮ ਖੜਾ ਲਾੜ ਨਾ ਜਾਵੇ ਫਿਰ ਜਿਹੜਾ ਮੈਂ ਕਰ ਰਿਹਾ ਚੰਗੀ ਤਰ੍ਹਾਂ ਇਹਨੂੰ ਇਕੱਠਿਆਂ ਤੇ ਫਿਰ ਐਸਤੇ ਸੁੱਕਾ ਦਾ ਬਰਸਾਟ ਕੇ ਤੂੰ ਲਾ ਰਿਸਾਂ ਅੱਗ ਹਾਲੇ ਤਾਂ ਤਾਂ ਨਹੀਂ ਲੱਗਣੀ ਕਿਉਂਕਿ ਉੱਤੋਂ ਤਰੇਲ ਵੀ ਹੈ ਤੇ ਤਰੇਲ ਹੀ ਪਾਉਣੇ ਸ਼ੁਰੂ ਹੋ ਗਈ ਔਰ ਥੋੜੀ ਥੋੜੀ ਠੰਡ ਪਾਉਣੇ ਵੀ ਸ਼ੁਰੂ ਹੋ ਗਈ ਹੈ ਦੁਪਹਿਰ ਨੂੰ ਤਾਂ ਗਰਮ ਹੋ ਸਮੁੰਦਾ ਗਰਮੀ ਹੁੰਦੀ ਤੇ ਉਹ ਰਾਤ ਨੂੰ ਜਿਹੜਾ ਠੰਡ ਲੱਗਦੀ ਹੈ ਤੇ ਕੋਈ 2 3 ਢੇਰੀਆਂ ਲੱਗ ਚੁੱਕੀਆਂ ਤੇ ਕੋਈ ਏਰੀਆ ਮੈਂ ਲਾ ਤੇ ਭਾਈ ਸਲੇਮ ਇਧਲੀ ਸਾਈਡ ਤੇ ਰਿਹਾ ਜੀ ਪੱਟ ਭਾਈ ਸਲੇਮ ਹਮਤ ਮਾਰੀ ਆਵਾਜ਼ ਆ ਪਾ ਕਾਫੀ ਜ਼ਿਆਦਾ ਬੰਨੇ ਛਾਂਗਣ ਚੰਗੀ ਤਰ੍ਹਾਂ ਭਾਈ ਛੰਗ ਜਾਓ ਤੇ ਇਹ ਬੰਨਾ ਮੁਕਾਓ ਤੇ ਦੂਸਰੇ ਨੂੰ ਸ਼ੁਰੂ ਹੋ ਵੀਏ ਅਸੀਂ ਆਨੇ ਕਿ ਕੋਈ ਦੋ ਤਿੰਨ ਬੰਨੇ ਹੁਣ ਛਾਂਗ ਲੈਨੇ ਤੇ ਕੋਈ ਦੋ ਤਿੰਨ ਪਿਛਲੇ ਪੈਰ ਛਾਂਗ ਲੈ ਸਾਂ ਕੋ ਬੰਨੇ ਮੁਕਾ ਹੀ ਹੈ ਤੇ ਫਿਰ ਜਿਹੜਾ ਇਹਦੇ ਵਿੱਚ ਕਾਸ਼ਤ ਕਰੀਏ ਗੌਂਗਲੂ ਮੋਲੀ ਬਿਸਮਿਲ੍ਲਾਹਿ ਰਹਿਮਾਨ ਨ ਰਹੀਮ ਅਸਸਲਾਮੁਅਲੈਕੁਮ ਕਿੱਲ ਮੇਰੇ ਭੈਣ ਭਾਈਓ ਅਲ੍ਹਾਮਦੁਲਿਲਾ ਅਸੀਂ ਵੀ ਠੀਕ ਆ ਹਾਂ ਮੈਂ ਕਿ ਤੁਸੀਂ ਠੀਕ ਹੋ ਸੋ ਤੇ ਮੈਂ ਬਣਾ ਰਹੀ ਹਾਂ ਨਸ਼ਤਾ ਕਿਉਂਕਿ ਸੂਬਾ ਨਾਲ ਬੱਗੀ ਤੇ ਸਲੀਮ ਚਲੇ ਗਏ ਖੇਤਾਂ ਦੇ ਵਿੱਚ ਸਬਜ਼ੀ ਦੇ ਵਿੱਚ ਕਿਉਂਕਿ ਉੱਥੇ ਥੋੜਾ ਬਾਕ ਜਿਹੜਾ ਕੰਮ ਕਰਨਾ ਨੇ ਉਹ ਕੀਤਾ ਤੇ ਮੈਂ ਬਣਾ ਰਹੀ ਆ ਨਸ਼ਤਾ ਅਸੀਂ ਰਾਤੀ ਬਣਾਇਆ ਇਸ ਸਾਲਾਂ ਆਲੂ ਤੇ ਪਾਲਕ ਸਾਲਣ ਜਿਹੜਾ ਮੈਂ ਕਰ ਰਹੀ ਆ ਗਰਮ ਤੇ ਹੁਣ ਹੁੰਦਾ ਮੌਸਮ ਠੰਡਾ ਸਾਲਣ ਸਹੀ ਰਹਿੰਦਾ ਤੇ ਸਾਲਣ ਮੈਂ ਦੇਨੀ ਲਾਹ ਤੇ ਰੱਖ ਦੇਨੀ ਤੇ ਤਵਾ ਕਿਉਂਕਿ ਲੱਕੜੀ ਸਾੜੀ ਹੋ ਚੁੱਕੀਆਂ ਖਤਮ ਤੇ ਮੇ ਜੀ ਮੈਂ ਤਾਂ ਆਖੇ ਬੀ ਅਮੀ ਹੋਰੀ ਆ ਜਾਂਦੇ ਨ ਮਗਰੇ ਫਿਰ ਤੁਸੀਂ ਕੋਈ ਨਾ ਆਇਆ ਕੋਈ ਨਹੀਂ ਆਇਆ ਮੁਰਨਾ ਘਰ ਦਾ ਕਾਫੀ ਕੰਮ ਵਗੈਰਾ ਤੇ ਕਰ ਨਾ ਪਾ ਜਾਂਦਾ ਤੇ ਹਾਂਜੀ ਤੇ ਮੈਂ ਆਖਿਆ ਹੁਣ ਜਲਦੀ ਜਲਦੀ ਨਾਸ਼ਤਾ ਤਿਆਰ ਕਰ ਲੈਨੇ ਆ। ਨਾਲੇ ਅੰਮੀ ਨਾਲੇ ਨਾਸ਼ਤਾ ਵੀ ਤਿਆਰ ਕਰਨਾ ਹੈ ਤੇ ਫਿਰ ਜਿਹੜਾ ਥੋੜਾ ਬਥੇ ਗਰ ਦਾ ਕੰਮ ਕਰਨਾ ਹੈ। ਚਲੋ ਅੰਮੀ ਆਖਿਆ ਵੀ ਆਪਾਂ ਕਾਲੀ ਸਾਂ ਪਿਛਲੇ ਪੈਰ ਜਾ ਕੇ ਕੰਮ। ਤੇ ਅਸੀਂ ਆਖਿਆ ਚਲੋ ਅਸੀਂ ਉਤਨੇ ਤਾਈ ਬੰਨੇ ਛਾਂਕ ਲੈਨੇ ਆ। ਤੇ ਅੰਮੀ ਜੀ ਨਾਸ਼ਤਾ ਜਲਦੀ ਜਲਦੀ ਤਿਆਰ ਕਰੋ ਭਾਈ ਸਲੇਮ ਜਿਹੜਾ ਕੰਮ ਵਾਲੇ ਬੰਦੇ ਨੂੰ ਤੁਹਾਨੂੰ ਪਤਾ ਹੈ ਕਿ ਭੁੱਖ ਲੱਗਦੀ ਹੁੰਦੀ। ਤੇ ਮੈਂ ਕਰ ਰਹੀ ਆ ਪੇੜਾ ਜਲਦੀ ਜਲਦੀ ناشتہ تیار کر لینے ہیں صبح نال تا ہیک ایک روٹی ہوں دی ہاں جی تو او بھی آج جب میں صبح صبح نہ بنا لیے سلنڈر تے کیونکہ آگ میں میں جلاک کوئی نہیں تھی میں کہا چلو میں سلنڈر تے بنا لینے ہیں ناشتہ ਬਾਕੀ ਮੇਰੇ ਵਰ ਜਿਹੜਾ ਅੰਮੀ ਬਣਾ ਰਹੀਏ ਰੋਟੀਆਂ ਤੇ ਮੈਂ ਆ ਗਿਆ ਸੋਫਾ ਫਸੀ ਘਰ ਮੈਂ ਆਖੇ ਮੈਂ ਚੱਲ ਕੇ ਲਾਇਬਣਾ ਨਾਸ਼ਤਾ ਸਿਲੰਡਰ ਮੇਂ ਥੋੜੇ ਤੇਜ਼ ਕਰ ਲੋ ਨਾ ਯੋ ਲਈ ਸਾਡੇ ਅਮੀ ਬਣਾ ਰਹੀ ਰੋਟੀਆਂ ਤੇ ਮੈਨੂੰ ਆਖੀ ਅਮੀ ਵੀ ਆ ਤੁਸੀਂ ਲੈ ਆਉਣਾ ਪਾਣੀ ਵੀ ਪਾਣੀ ਵੀ ਬਾਹਰ ਕੀ ਇੱਥੇ ਦੇ ਆ ਕੇ ਰੱਖ ਦਿੱਤਾ ਬਾਕੀ ਜਿਹੜਾ ਅਮੀ ਹੋਰੀ ਕਿ ਉਹ ਥੋੜਾ ਥੋੜਾ ਅਮੀ ਹੋਰੀ ਠੰਡਾ ਕੀਤੀ ਰੱਖ ਦੇਣ ਪਾਣੀ ਤੇ ਟੈਂਕੀ ਦੇ ਵਿੱਚ ਪਾਣੀ ਵੀ ਜ਼ਾਨਾ ਇੱਕ ਦੋ ਟੈਂਕੀਆਂ ਸਾੜੀਆਂ ਲੱਗ ਜੰਦੀਆਂ ਕੋਈ ਪਿਛਲੇ ਪੈ ਤੇ ਕੋਈ ਸਵੇਰ ਨੂੰ ਆਮ ਲੱਗ ਜੰਦੀ ਕਿਉਂਕਿ ਵਾਟਰ ਸਪਲਾਈਟ ਖੁੱਲਦੀ ਲੇਟ ਹੈ ਨਾਸ਼ਟ ਹੋ ਚੁੱਕਾ ਹੈ ਤਿਆਰ ਤੇ ਨਾਲ ਹੀ ਆ ਚੁੱਕਾ ਤੀਫਨ ਇਹਦੇ ਵਿੱਚ ਪੈਨੇ ਆ ਤੇ ਨਾਲ ਬੱਗੀ ਨੂੰ ਦੇਨੇ ਆ ਇਹ ਲਾ ਜਾਂਦਾ ਸਲੇਮ ਵਾਸਤੇ ਤੇ ਆ ਵਾਸਤੇ ਪਰ ਮੇਰਾ ਨਾਸ਼ਤਾ ਵਿੱਚੇ ਬਾਦ ਗਿਆ ਤੇ ਬਾਕੀ ਜਿਹੜੀ ਸਾਈਡ ਤੇ ਮੈਂ ਪਾ ਲਿਆ ਪਾਣੀ ਬੋਤਲ ਦੇ ਵਿੱਚ ਕਿਉਂਕਿ ਪਾਣੀ ਗਰਮ ਨਹੀਂ ਹੁੰਦਾ ਇਹਦੇ ਵਿੱਚ ਤੇ ਮੈਂ ਆਖੇ ਚਲੋ ਇਹ ਵੀ ਨਾਲ ਲਈ ਜਾਨੇ ਅਮੀ ਪਾਰੀਏ ਨਾਲ ਨਾਲ ਨਾਸ਼ਤਾ ਬਾਕੀ ਨਾਸ਼ਤਾ ਗਿਆ ਜੀ ਮੇਰੇ ਵੀਰ ਪਾਇ ਤੇ ਹੁਣ ਮੈਂ ਚੱਲਦਾ ਪਿਆ 22 ਸਲੀਮਾ ਤੇ ਅੱਗਾ ਯਾਲ ਕੇ ਤੁਹਾਨੂੰ ਸ਼ੇਅਰ ਕਰਸਾਂ ਕਿਉਂਕਿ ਮੈਂ ਰਸਤੇ ਦੇ ਵਿੱਚ ਵੀਡੀਓ ਕੋਈ ਨਹੀਂ ਬਣੀ ਸਕਿਆ ਕਿਉਂਕਿ ਮੈਂ ਹਾਂ ਕੱਲ ਆ ਜਾਣਾ ਤੇ ਇਸ ਵਜ੍ਹਾ ਤੋਂ ਤੇ ਬਾਕੀ ਨਾਲ ਅਮੀ ਜਿਹੜਾ ਸਾਲਨ ਆ ਵਾਸਤੇ ਪਾਰੀ ਅਮੀ ਕਰਨਾ ਨਾਸ਼ਤਾ ਹੀ ਥਾਂ ਕਿਉਂਕਿ ਅਮੀ ਨਾਲ ਤਾਂ ਕੋਈ ਨਹੀਂ ਜਾਵਣਾ ਤੇ ਬਾਕੀ ਅਮੀ ਠੀਕ ਹੈ ਮੈਂ ਜਾਂਦਾ ਪਿਆ ਠੀਕ 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 ਜੀ ਅੱਲਾ ਹਫਿਜ਼ ਤੇ ਮੈਂ ਚੱਲਦਾ ਪਿਆ 22 ਸਲੀਮਾ ਵੇਰ ਵਰ ਜਿਹੜਾ ਆ ਪਹੁੰਚੇ ਜੀ ਮੱਡ ਹਾਊਸ ਤੇ ਨਾਸ਼ਤਾ ਲੈ ਕੇ ਜਿਹੜੇ ਸੱਟ ਜਿਹੜਾ ਬਾਈ ਹੋਰੀ ਬਾੜ ਕੇ ਲੈ ਕੇ ਜਾ ਰਹੇ ਜੀ ਪੱਠੇ ਜੇ ਪੱਠੇ ਲਾਦ ਕੇ ਲੈ ਜਾਉਣੇ ਕਿਉਂਕਿ ਰਸਤਾ ਕੋਈ ਨਹੀਂ ਰੱਖਿਆ ਇਸ ਵਜ੍ਹਾ ਤੇ ਜਿਹੜਾ ਕਾਫੀ ਜ਼ਿਆਦਾ ਦੂਰ ਲੈ ਕੇ ਜਾ ਰਹੇ ਜਿਹੜੇ ਸੱਟ ਜਿਹੜਾ ਬਾਈ ਹੋਰੀ ਯਾਰ ਨਾਲ ਜਿਹੜਾ ਪਤਾ ਨਾਸ਼ਤਾ ਤੇ ਅੱਗਾ ਚੱਲਦੇ ਪਏ ਬਾਈ ਸਲੀਮਰ ਕੋਲ ਬਾਈ ਸਲੀਮਰ ਨੂੰ ਸਦੇ ਨੇ ਟਾਲੀ ਦੇ ਹੇਠ ਛਾਂ ਤੇ ਕਿਉਂਕਿ ਉੱਥੇ ਜਿਹੜਾ ਨਾਸ਼ਤਾ ਕਰਦੇ ਆ ਤੇ ਬਾਕੀ ਮਿਲਕ ਦਾ ਬੰਨਾ ਉਹਨਾਂ ਪਾਟ ਲਿਆ ਜੋਹਰ ਜਿਹੜਾ ਨਵਾਂ ਨਵਾਂ ਬੰਨਾ ਜਿਹੜਾ ਨਵਾਂ ਹੀ ਪਾਟ ਲੈਣੇ ਨੇ ਦੂਸਰੀ ਸਾਈਡ ਉਹ ਵੀ ਤੁਹਾਨੂੰ ਵਿਖਾ ਦੇਣਾ ਬਾਕੀ ਮੇਰ ਵਰ ਜਿਹੜਾ ਇਹ ਸਾਈਡ ਵੀ ਉਹਨਾਂ ਬੰਨੇ ਨਹੀਂ ਪਾਟ ਰਹੇ ਔਰ ਪਰਲੀ ਸਾਈਡ ਵੀ ਭਾਈ ਸਲੀਮੁਰਾ ਪਾਟ ਲਈ ਸਾਈਡ ਹੁਣ ਚੱਲਦੇ ਪਏ ਅੱਗਾ ਭਾਈ ਸਲੀਮ ਭਾਈ ਸਲੀਮ ਕਹਿਣਾ ਚੌਕੇ ਬੰਨੇ ਛੰਗੀ ਕੇ ਬੰਨੇ ਦੋ ਭਾਈ ਤੋਂ ਛੰਗੀ ਗਿਆ ਹਾਂਜੀ ਇਧਰ ਛੰਗੇ ਨੇ ਅਗਲੀ ਸਾਈਡ ਰਹੇਗੀ ਇਕ ਅਕੱਲੇ ਚਲੋ ਆਪਾਂ ਛਾਂ ਕਾਟ ਕੇ ਛੰਗੇ ਨੇ ਮੋੜ ਹਾਂਜੀ ਭਾਈ ਸਲੀਮ ਉਹ ਆ ਚੁੱਕੇ ਟਾਲੀ ਦੀ ਛਾਂ ਦੇ ਪਿੱਛੇ ਜਿਹੜਾ ਸਾਰਾ ਚਾਰਾ ਤੇ ਇਨਸ਼ਾਅੱਲਾ ਇਹ ਚਾਰਾ ਵੀ ਕਿਨੇ ਹੋਰ ਕਿ ਨਾ ਆਦਿਆਂ ਨੂੰ ਵੜੀ ਜੀ ਅਸੀਂ ਨਾਲ ਲਗੀ ਲਾਸਟ ਨਾਲ ਵੀ ਬਾਈ ਸੁਲੇਮ ਆ ਚੁੱਕਾ ਹੈ ਨਾਸ਼ਤਾ ਨਾਸ਼ਟੇ ਮੈਂ ਤੁਹਾਡੇ ਕੰਨ ਲੈਂਦਾ ਮੈਂ ਕਿ ਚਲੋ ਮੈਂ ਬਾਈ ਸੁਲੇਮ ਦੇ ਨਾਲ ਵੀ ਜਾ ਕੇ ਨਾਸ਼ਤਾ ਕਰੀ ਸਾਡਾ ਰਲਈ ਪਾ ਦਿਓ ਤੇ ਨਾਲ ਹੈ ਜੀ ਆਲੂ ਪਾਲਕ ਦਾ ਸਾਲਣ ਮਾਸ਼ਾਅੱਲਾ ਤੇ ਇਹ ਲੋ ਨਾਸ਼ਤਾ ਕਰੋ ਨਾਲ ਇੰਜੀ ਪਰਾਠੇ ਸਵੇਰ ਸਵੇਰ ਨਾਲ ਆਓ ਜੀ ਸਤ ਬਿਸਮਿਲ੍ਲਾ ਤੋਂ ਸੇਖੋ ਨਹੀਂ ਤਾਂ ਫੇਰੇ ਸੇ ਬਾਈ ਸੁਲੇਮ ਤੇ ਮੈਂ ਰਾਲ ਕੇ ਖਾ ਰਿਹਾ ਪਹਿਲੀ 30 ਸੈਟ ਤੇ ਪਿਆ ਹੈ ਪਾਣੀ ਬਾਈ ਸੁਲੇਮ ਪਾਣੀ ਪੀਵਨੇ ਨਹੀਂ 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 ਅੱਜ ਨਹੀਂ ਅੱਜ ਤਾਂ ਨਹੀਂ ਚਲੋ ਮੜੇ ਨਾਸ਼ਤਾ ਕਰ ਤੁਸੀਂ ਮੇਰੇ ਵਾਰ ਖਾਣਾ ਖਾਵਾਣ ਤੋਂ ਬਾਅਦ ਜੇਣਾ ਆ ਪਹੁੰਚਾ ਫਿਰ ਬੰਨੇ ਤੇ ਬੰਨੇ ਜਣਾ ਕੋ ਜੁਦ ਨਿਕਲੇ ਨ ਕੋ ਜਣਾ ਇੱਕੇ ਰਹਿ ਗਈ ਇਹ ਕਾੜ ਕੇ ਤੇ ਛੇੜਨਾ ਫਿਰ ਤੋਂ ਸਾਂ ਵਾਪਸੇ ਘਰ ਬਾਈ ਸਲੇਮ ਜਣਾ ਕਾਫੀ ਮਾਰਿਆ ਹਿੰਮਤ ਬੰਨਾ ਕੜ ਰਿਆ ਇਹਦੂ ਮੈਂ ਕੜੇਂਦਾ ਗਿਆ ਇਹ ਵਾਲਾ ਉਸ ਤੋਂ ਬਾਅਦ ਉਹ ਬਾਈ ਸਲੇਮ ਕੜੇਂਦਾ ਪਿਆ ਇਵੇਂ ਜਣਾ ਵਾਰੀ ਵਾਰੀ ਨਾਲ ਕੜੇਂਦਾ ਜਸਾਂ ਬਾਕੀ ਮਾਸ਼ਾਅੱਲਾ ਜਿਹੜੀ ਇਧਰੇ ਸੈਟ ਖਲੀ ਮੁੰਜੀ ਤੇ ਨਾਲ ਹੀ ਵਿੱਚ ਖਲਣ ਸੰਟਰ ਦੇ ਵਿੱਚ ਦਰਖਤ ਦਰਖਤ ਬੜੇ ਪਿਆਰੇ ਲੱਗ ਰਹੇ ਨੇ ਔਰ ਖੂਬਸੂਰਤ ਤੇ ਅਰ ਜਿਹੜਾ ਨਾਲ ਨਾਲ ਅਸੀਂ ਵੀ ਸ਼ੁਰੂ ਕਰੇ ਨੇ ਬੰਨਾ ਇਹ ਭਈ ਜੀ ਸਾਡੀ ਕਈ ਤੇ ਭਾਈ ਸਲੀਮ ਕੋਲੇ ਆਪ ਦੀ ਕਈ ਚਲੋ ਮੈਂ ਵੀ ਜਿਹੜਾ ਸ਼ੁਰੂ ਕਰੇ ਨਾ ਇਹ ਵਾਲਾ ਕਈ ਲਈ ਇਹਨਾਂ ਆਪ ਭਾਈ ਸਲੀਮ ਜੀ ਸੈਟ ਕੋਈ ਦੱਬੜ ਅੱਗੇ ਵਿੱਚ ਕਟਿਆ ਪਿਆ ਨਾ ਇਸ ਵਜ੍ਹਾ ਤੋਂ ਕਈ ਟੁੱਟਦੀ ਨਹੀਂ बाकी मेरवार जेणा ਹੁਣ ਲਾ ਦਿੱਤੀ ਡੇਰੀ ਦੇ ਨਾਲ-ਨਾਲ ਜਿਹੜਾ ਚੋਕ-ਚੋਕ ਕੇ ਸੱਟੀ ਆਮਨੇ ਤੇ ਨਾਲ-ਨਾਲ ਉਹ ਜਲਦੇ ਜਾਂਦੇ ਤੇ ਅੱਗ ਵੀ ਨਾਲ ਲਾ ਦਿੱਤੀ ਐ ਮੈਂ ਇਹਨੂੰ ਅੱਛੀ ਤਰ੍ਹਾਂ ਲੈਨੇ ਆ ਜੀ ਸਾਰਿਆਂ ਨੂੰ ਸਾੜ ਤੇ ਫਿਰ ਜਿਹੜਾ ਵਿੱਚੋਂ ਮਿੱਟੀ ਤਾਂ ਨਿਕਲਦੀ ਆਂਦੀ ਚਾਲ ਤੇ ਪੇਰ ਬਸ ਕਰ الحمدللہ ਜੈਣਾ ਬੰਨੇ ਬੁੰਨੇ ਕਾੜ ਕੇ ਆਗੂ ਗਲਾ ਕੇ ਆ ਚੁਕੇ ਟਾਲੀ ਦੀ ਛਾਂ ਦੇ ਹਿੱਟ ਤੇ ਹੁਣ ਜੈਣਾ ਵਾਪਸੀ ਦੀ ਤਿਆਰੀ ਹੋ ਚੁੱਕੀ ਇਦਲੀ ਸਾਈਟ ਤੇ ਬਾਈ ਸਲੀਮ ਆ ਚੁੱਕਾ ਹੈ ਇਹ ਪਈਏ ਕਈ ਤੇ ਨਾਲ ਹੀ ਪਰਲੀ ਸਾਈਟ ਤੇ ਪਈਏ ਦੰਦਾਲੀ ਕਾਫੀ ਜ਼ਿਆਦਾ ਗਰਮੀ ਬਣ ਚੁੱਕੀ ਹੈ ਕਾਫੀ ਜ਼ਿਆਦਾ ਟਾਈਮ ਵੀ ਹੋ ਚੁੱਕਾ ਹੈ ਤੇ ਗਰਮੀ ਤਾਂ ਤੁਹਾਨੂੰ ਪਤਾ ਹੈ ਕਿ ਦੁਬਈਰ ਨੂੰ ਲਗੜੀ ਹੁੰਦੀ ਹੈ ਤੇ ਬਾਕੀ ਜੈਣਾ ਚੱਲਦੇ ਪੈ ਵਾਪਸੀ ਘਰ ਸਵੇਰ ਨਾਲ 6 ਵਜੇ ਆਇਆ ਸੀ ਤੇ ਹੁਣ ਜੈਣਾ 12 ਇੱਕ ਦਾ ਟਾਈਮ ਹੁੰਦਾ ਪਿਆ ਤੇ ਵਾਪਸ ਚੱਲਦੇ ਪੈ ਗਾਰ ਬਾਈ ਸਲੀਮ ਸਾਥ ਚੜਿਆ ਹਾਂਜੀ ਗਰਮੀ ਹੈ ਗਰਮੀ ਬੜੀ ਬੜੀ ਗਰਮੀ ਤੇ ਬਾਕੀ ਮੇਰਾ ਜਣਾ ਇਸ ਵੀਲੌਗ ਦਾ ਕਰਿੰਦਾ ਪਈ ਥਾਈ ਐਂਡ ਛਾਂ ਤੇ ਬਾਕੀ ਸਭਨ ਸਾਂ ਅਮ ਵੀਲੌਗ ਚ ਮੇਰੇ ਚੈਨਲ ਸਪੋਰਟ ਕੀਤਾ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕੀਤਾ ਕਰੋ ਸਭ ਨੈਸਰ ਮਿਲ ਸਾਂ ਅੱਲਾ ਫੀਜ਼